ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਚੱਲੇ ਹਾਂ ਭਲਾ ਤੋਂ ਬੇਗੂ ਵਾਲ ਦੀ ਗੇੜੀ 'ਤੇ, ਅਤੇ ਕਾਫ਼ੀ ਟਾਈਮ ਬਾਅਦ ਮੌਕਾ ਮਿਲਿਆ। ਅੱਜ ਮੌਸਮ ਕਾਫ਼ੀ ਸਾਫ਼ ਆ, ਬਾਰਿਸ਼ ਤੋਂ ਬਾਅਦ ਦਾ ਦਿਨ ਆ, ਗਰਮੀ ਘੱਟ ਆ ਅਤੇ ਸਾਰੇ ਬਾਰੇ ਥੋੜ੍ਹੀ ਹਰਿਆਲੀ ਵੀ ਆ। ਅਤੇ ਹੁਣ ਅਸੀਂ ਲੰਘ ਰਹੇ ਹਾਂ ਬੇਗੂ ਵਾਲ ਪਲੱਥ ਪੁੱਲ ਤੋਂ, ਕਾਲੀ ਬਾਈ ਨਿਕਲਦੀ ਆ ਸਾਡੇ ਏਰੀਏ 'ਚੋਂ, ਪਾਣੀ ਕਾਫ਼ੀ ਘੱਟ ਆ ਅਤੇ ਰੋਇਲ ਪੈਲਸ ਕਿ ਪੇਰੀਅਰ ਪੈਲਸ ਪਤਾ ਨਹੀਂ ਕਿਹੜਾ ਹੀ ਆ, ਕਾਫ਼ੀ ਮੋਡੀਫਾਈ ਕਰਤਾ। ਅਤੇ ਤਿੰਨ ਰਸਤੇ ਨਿਕਲਦੇ ਆ, ਪਲੱਥ ਨੂੰ, ਬੇਗੂ ਵਾਲ ਨੂੰ, ਰਾਮਪੁਰ ਪੀਰ ਬਖਸ਼ ਨੂੰ, ਨੜਾਲੇ ਨੂੰ, ਸੋਰੀ ਪਲੱਥ ਨੂੰ। ਅਤੇ ਹੁਣ ਅਸੀਂ ਜਾ ਰਹੇ ਹਾਂ ਬੇਗੂ ਵਾਲ, ਅਤੇ ਬਾਕੀ ਦੇਖੋ ਤੁਸੀਂ। ਇਹ ਆ ਗਿਆ ਮੁਬਾਰਕਪੁਰ ਪਿੰਡ ਆ ਗਿਆ, ਇਹ ਪਿੰਡ ਕਾਫ਼ੀ ਵਧੀਆ ਮੁਬਾਰਕਪੁਰ, ਅਤੇ ਸੜਕ ਕਾਫ਼ੀ ਵਧੀਆ, ਸੜਕ ਇਹਨਾਂ ਦੀ ਪਿਓਰ ਵਧੀਆ ਬਣਾਈ ਹੈ ਆਪਣੇ ਪਿੰਡ ਵਾਲਿਆਂ ਨੇ, ਮੁਬਾਰਕਪੁਰ ਵਾਲਿਆਂ ਨੇ। ਅਤੇ ਅੱਗੋਂ ਆ ਵੇਖੋ ਬੱਸ ਸਟੈਂਡ ਵਧੀਆ ਬਣਾਇਆ ਆਪਣੇ ਵੱਲੋਂ, ਬੱਸ ਸਟੈਂਡ ਛੋਟਾ ਜਿਹਾ ਬਣਾਇਆ ਪਰ ਵਧੀਆ ਬਣਾਇਆ, ਸਾਫ਼ ਸਫਾਈ ਵੀ ਠੀਕ ਠਾਕ ਆ ਅਤੇ ਗਲੀਆਂ ਵੀ ਵਧੀਆ ਹੀ ਆ, ਬਾਹਰੋਂ ਦੇਖਣ 'ਚ ਤਾਂ ਬਹੁਤ ਵਧੀਆ ਲੱਗਦੀਆਂ। ਅਤੇ ਰੋਡ 'ਤੇ ਵੱਡੀਆਂ ਵੱਡੀਆਂ ਕੋਠੀਆਂ ਪਈਆਂ, ਬਾਹਰ ਹੀ ਨੇ ਸਾਰੇ, ਬਾਹਰ ਹੀ ਆਉਣੇ ਨੇ ਸਾਰੇ ਇੱਥੇ ਇੰਡੀਆ ਦੇ, ਹੁਣ ਆਪਣੇ ਏਰੀਆ 'ਚ ਕੋਈ ਕੋਈ ਆ ਗਿਆ, ਸਾਡੇ ਵਰਗੇ ਵਿਹਲੇ ਤੁਰੇ ਫਿਰਦੇ ਨੇ, ਹੋਰ ਤਾਂ ਕੋਈ ਇੰਡੀਆ 'ਚ ਰਹਿ ਨਹੀਂ ਗਿਆ, ਰਹਿ ਗਏ ਨੇ ਪਰ ਇੰਨੇ ਨਹੀਂ ਰਹਿ ਗਏ। ਚਲੋ ਜੀ ਚੱਲਦੇ ਹਾਂ ਪਲਾਥਾ ਨੂੰ, ਇਹਨਾਂ ਨੇ ਸਾਰੇ ਜੋ ਬੂਟੇ ਵਿਚਾਰੇ ਮੁੰਡੇ ਮਿਹਨਤ ਕਰਦੇ ਨੇ ਨਾ, ਸਾਰੇ ਬੂਟੇ ਇਹ ਖਰਾਬ ਕਰ ਦਿੰਦੇ ਨੇ। ਉਹ ਦੇਖੋ ਹੁਣ ਪੈਲੀਆਂ 'ਚ ਵੜੇ ਨੇ ਅਤੇ ਉੱਥੋਂ ਫਸਲ ਵੀ ਖਰਾਬ ਕਰਨੀ ਅਤੇ ਬੂਟੇ ਵੀ ਖਰਾਬ ਕਰ ਦਿੰਦੇ, ਅਤੇ ਬਾਅਦ 'ਚ ਗੋਏ ਦਾ ਵੀ ਸੜਕ ਵੀ ਖਰਾਬ ਕਰ ਦਿੰਦੇ, ਗੰਦੀ ਕਰ ਦਿੰਦੇ। ਅਤੇ ਇਹ ਆ ਗਿਆ ਹੁਣ ਪਦਾਸ ਪਿੰਡ, ਪਦਾਸਾ ਪਿੰਡ ਦੇ ਤਾਂ ਕਾਫ਼ੀ ਚਰਚੇ ਆ। ਇੱਕ ਥੋੜ੍ਹੇ ਦਿਨ ਪਹਿਲਾਂ ਪੱਤਰਕਾਰ ਆਇਆ ਸੀ, ਕਹਿੰਦਾ ਪਦਾਸ ਪਿੰਡ ਸਾਰੇ ਖਾਲੀ ਹੋ ਗਏ, ਜਿੰਦਰੇ ਲੱਗ ਗਏ ਨੇ। ਬਾਕੀ ਯਾਰ ਇਹ ਤਾਂ ਗੱਲ ਹੈ, ਇਹ ਤਾਂ ਗੱਲ ਸੱਚੀ ਆ, ਜਨਤਾ ਸਾਰੀ ਪਦਾਸਾਂ ਦੀ ਵੀ ਬਾਹਰ ਹੀ ਹੈ। ਗੇਟ ਵਧੀਆ ਬਣਾਇਆ ਸਨ ਬਾਬਾ ਪ੍ਰੇਮ ਸਿੰਘ ਜੀ ਦੇ ਨਾਂ 'ਤੇ, ਅਤੇ ਪਿੰਡ ਉਹ ਵੇਖੋ ਉਹ ਸਾਹਮਣੇ ਉਹ ਮਸ਼ਹੂਰੀ ਲਾਈ ਹੈ, ਕਨੇਡਾ ਅਮੈਰੀਕਾ ਜਾਓ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਦੇਖੋ ਪੂਰੇ ਛੱਤ 'ਤੇ ਟਿਕਾ ਕੇ ਲਾਈ ਹੈ ਕਿ ਜਿਹੜਾ ਵੀ ਜਿਹਦੇ ਵੀ ਧਿਆਨ ਪਏ ਸਿੱਧਾ ਹੀ ਪਏ, ਭਾਵਾ ਅੱਗੇ ਹੀ ਬਾਹਰ ਚੱਲ ਗਏ ਸਾਰੇ, ਹੋਰ ਕਿੰਨੇ ਕੁ ਭੇਜਣੇ ਤੁਸੀਂ, ਸਾਰਾ ਬਾਹਰ ਹੀ ਆ। ਅਤੇ ਕੋਠੀਆਂ ਕਾਫ਼ੀ ਵਧੀਆ ਇਹਨਾਂ ਦੀਆਂ ਵੀ, ਦੇਖੋ ਐਂ ਪ੍ਰੋਪਰ ਸ਼ਾਹੀ ਕੋਠੀਆਂ ਬਣਾਈਆਂ ਪਤਾ ਸਾਰਿਆਂ ਨੇ। ਇਹ ਅੱਗੂ ਜਿਹੜਾ ਮੋੜ ਹੈ, ਇੱਥੇ ਮੋੜ ਵੀ ਆਉਣਾ ਲੈ, ਬੀਬੀ ਨਿਕਲੀ ਹੋਈ ਇੱਕਦਮ, ਇਹ ਮੋੜ ਨਿਕਲਿਆ ਸਿੱਧਾ ਚੰਗੀ ਵੱਲ ਨੂੰ, ਮਕਸੂਦਪੁਰ ਵੱਲ ਨੂੰ। ਇਹ ਮੋੜ ਬੜਾ ਖਤਰਨਾਕ ਆ, ਇੱਥੇ ਕਾਫ਼ੀ ਗੱਡੀਆਂ ਲੱਗਦੀਆਂ, ਪਰ ਦੂਜੇ ਦਿਨ ਕੋਈ ਨਾ ਕੋਈ ਗੱਡੀ ਇੱਥੇ ਲੱਗਦੀ ਆ ਮੋੜ 'ਤੇ, ਪਤਾ ਨਹੀਂ ਮੋੜ ਥੋੜ੍ਹਾ ਨਾ ਕੂਣੀ ਮੋੜ ਆ ਅਤੇ ਜਨਤਾ ਥੋੜ੍ਹੀ ਸਲੋ ਨਹੀਂ ਕਰਦੀ ਅਤੇ ਇੱਕਦਮ ਮੋੜ ਜਾਂਦੇ ਨੇ, ਫਿਰ ਉਹ ਮਾੜੀ ਮੋਟੀ ਗੱਡੀ ਲੱਗ ਜਾਂਦੀ ਹੈ। ਬਾਕੀ ਦੇਖੋ ਤੁਸੀਂ ਪਦਾਸ ਪਿੰਡ, ਅਸੀਂ ਚੱਲੇ ਹਾਂ ਹੁਣ ਬੇਗੂ ਵਾਲ ਨੂੰ, ਕਰ ਲਿਆ ਅਸੀਂ ਕਰੋਸ। ਇਹ ਬਾਰੋ ਬਾਰ ਪਦਾਸ ਵਾਲੇ ਕਲੋਨੀ ਕੱਟੀ ਇੱਕ, ਕਾਫ਼ੀ ਵਧੀਆ ਕਲੋਨੀ, ਇੱਥੇ ਵੀ ਪਰਲੇ ਬਣੇ ਵੀ ਕਲੋਨੀ ਅਤੇ ਇਹਨਾਂ ਨੇ ਇੱਥੇ ਵੀ ਕੱਟਤੀ ਇੱਕ, ਠੀਕ ਹੈ ਵਧੀਆ ਕੰਮ ਹੋ ਰਿਹਾ ਪਿੰਡ 'ਚ। ਦੇਖੋ ਤੁਸੀਂ ਆਸੇ ਪਾਸੇ ਕਾਫ਼ੀ ਠੀਕ ਠਾਕ ਲੱਗ ਜਾਂਦੇ ਆ ਪਿੰਡ ਨਜ਼ਾਰੇਦਾਰ। ਚਲੋ ਹੁਣ ਚੱਲਦੇ ਹਾਂ ਅਸੀਂ ਬੇਗੂ ਵਾਲ ਨੂੰ, ਬੇਗੂ ਵਾਲ ਨੂੰ ਚੱਲਦੇ ਪਏ ਹਾਂ। ਇਹ ਕਾਲਜ ਆ ਗਿਆ ਜੀ ਟੈਕਨੀਕਲ ਕਾਲਜ, ਪੋਲੀਟੈਕਨੀਕਲ
ਪਤਾ ਨਹੀਂ ਜਨਤਾ ਇੱਥੇ ਐਡਮਿਸ਼ਨ ਹੋਵੇ ਜਾਂ ਨਹੀਂ, ਪਰ ਇਹ ਕਾਫੀ ਪਹਿਲਾਂ ਦਾ ਖੁੱਲ੍ਹੇ ਆ ਇਹ। ਲਓ ਜੀ ਆਪਣਾ ਆ ਗਿਆ ਬੇਗੋਵਾਲ, ਬੇਗੋਵਾਲ ਆ ਗਿਆ ਆਪਣਾ। ਇਹ ਹੈਗੀ ਸੁਖਮਨੀ ਕਲੋਨੀ ਜਿਹੜੀ ਇੱਧਰ ਖੱਬੇ ਹੱਥ ਹੈ, ਓਕਸਫੋਰਡ ਸਕੂਲ ਵੀ ਇੱਧਰ ਹੀ ਹੈ ਅਤੇ ਸੁਖਮਨੀ ਕਲੋਨੀ ਵੀ ਇੱਧਰ। ਇਹ ਕਲੋਨੀ ਦਾ ਵੀ ਪਿੱਛੇ ਜਿਹੇ ਰੌਲਾ ਪਿਆ ਸੀ ਕਿ ਮਨਜ਼ੂਰ ਹੋਈ ਜਾਂ ਨਹੀਂ ਹੋਈ, ਇਹ ਨਹੀਂ ਮੈਨੂੰ ਪਤਾ, ਸ਼ਾਇਦ ਹੋ ਗਈ ਹੋਵੇ, ਕਰਾਲੀ ਹੋਵੇ ਮਨਜ਼ੂਰ। ਅਤੇ ਚਲੋ ਚੱਲਦੇ ਹਾਂ, ਅਸੀਂ ਵੜਦੇ ਹਾਂ ਹੁਣ ਬੇਗੋਵਾਲ 'ਚ। ਦੇਖੋ ਇਹ ਬੇਗੋਵਾਲ ਦਾ ਪੁਲਿਸ ਸਟੇਸ਼ਨ ਆ ਜੀ, ਰੋਡ 'ਤੇ ਹੀ ਆ, ਰੋਡ 'ਤੇ ਪੁਲਿਸ ਸਟੇਸ਼ਨ ਬੇਗੋਵਾਲ। 30 ਕਿਲੋਮੀਟਰ ਦਾ ਬੋਰਡ ਲੱਗਾ, 30 ਕਿਲੋਮੀਟਰ ਦਾ ਇਹ ਨਹੀਂ ਜ਼ਿਆਦਾ ਤੇਜ਼ ਚਲਾਉਣਾ, ਅੱਗੇ ਅੱਜ ਕੱਲ੍ਹ ਵੀਡੀਓ ਦੇਖ ਕੇ ਚਲਾਉਣ ਬੜੇ ਹੁੰਦੇ ਨੇ।